ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਜਿਵੇਂ ਜਿਵੇਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਨੇੜੇ ਆਉਂਦੇ ਜਾ ਰਹੇ ਨੇ, ਸਮਾਂ ਘਟਦਾ ਜਾ ਰਿਹਾ ਵਿਧਾਨ ਸਭਾ ਇਲੈਕਸ਼ਨਾਂ ਦਾ, ਉਵੇਂ ਹੀ ਪੰਜਾਬ ਦੀ ਰਾਜਨੀਤੀ ਦਾ ਤਾਪਮਾਨ ਵੀ ਵੱਧਦਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਵੱਡਾ ਚੈਲੰਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤਾ ਹੈ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੀਤਾ ਚੈਲੰਜ, ਔਰ ਭਗਵੰਤ ਮਾਨ ਨੂੰ, ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਇੱਕ ਵੱਡਾ ਚੈਲੰਜ ਕੀਤਾ ਹੈ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਜੇ ਤੁਹਾਡੇ ਤਿੰਨਾਂ ਨੇਤਾਵਾਂ ਦੇ ਕੋਲ ਬੇਅਦਬੀ ਦੇ ਨਾਲ ਜੁੜੇ ਸਬੂਤ ਹੈਗੇ ਨੇ ਤਾਂ ਉਹ ਤੁਸੀਂ ਜਨਤਾ ਦੇ ਸਾਹਮਣੇ ਲਿਆ ਕੇ ਰੱਖੋ। ਲਗਾਤਾਰ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਅਤੇ ਬਾਕੀ ਇਹਨਾਂ ਦੇ ਜਿਹੜੇ ਵਿਰੋਧੀ ਨੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਇਹਨਾਂ ਨੂੰ ਘੇਰਦੇ ਨਜ਼ਰ ਆ ਰਹੇ ਨੇ। ਰਾਜਨੀਤੀ ਇੱਕਦਮ ਇਸ ਵੇਲੇ ਇਸ ਮੁੱਦੇ ਨਾਲ ਜੁੜੀ ਹੋਈ ਰਾਜਨੀਤੀ ਚਰਮ ਸੀਮਾ 'ਤੇ ਹੈ, ਤਾਪਮਾਨ ਪੱਖਿਆ ਹੋਇਆ ਹੈ ਮੁੱਦਾ ਬਿਲਕੁਲ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਇਸ ਤਰ੍ਹਾਂ ਦਾ ਚੈਲੰਜ ਆਉਣਾ, ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਜੇ ਤੁਹਾਡੇ ਕੋਲ ਸਬੂਤ ਹੈਗੇ ਹੈ ਤਾਂ ਗਰਾਊਂਡ 'ਤੇ ਲਿਆ ਕੇ ਰੱਖੋ, ਲੋਕਾਂ ਨੂੰ ਦਿਖਾਓ, ਜੇ ਨਹੀਂ ਹੈਗੇ ਤਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਝੂਠ ਨਾ ਬੋਲੋ। ਅਤੇ ਇਸ ਤਰ੍ਹਾਂ ਦਾ ਇੱਕ ਰਾਜਨੀਤੀ ਨਾਲ ਜੁੜਿਆ ਇੱਕ ਵੱਡਾ ਚੈਲੰਜ ਸਮਝਿਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਵੱਲੋਂ। ਔਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਹਾਲਾਂਕਿ ਸਾਨੂੰ ਕਾਂਗਰਸ ਦੀ ਜਿਹੜੀ ਨਵੀਂ SIT ਬਣੀ ਹੈ ਜਿਸ ਉਹਦੇ 'ਤੇ ਉਹਦੀ ਜਾਂਚ 'ਤੇ ਭਰੋਸਾ ਤਾਂ ਨਹੀਂ ਹੈਗਾ, ਪਰ ਅਸੀਂ ਜਾਂਚ ਦੇ ਵਿੱਚ ਸਹਿਯੋਗ ਪੂਰੀ ਤਰ੍ਹਾਂ ਕਰਾਂਗੇ। ਤਾਂ ਯੂ ਟਰਨ ਕਹਿ ਲਓ ਜਾਂ ਇੱਕ ਵੱਖਰੀ ਹੀ ਗੁਗਲੀ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜਿਸ ਮੁੱਦੇ 'ਤੇ ਉਹਨਾਂ ਨੂੰ ਬਾਕੀ ਉਹਨਾਂ ਦੇ ਵਿਰੋਧੀ ਪਾਰਟੀਆਂ ਘੇਰਦੀ ਨਜ਼ਰ ਆ ਰਹੀਆਂ ਨੇ, ਇੱਕ ਗੰਭੀਰ ਮੁੱਦਾ, ਇੱਕ ਅਹਿਮ ਮੁੱਦਾ ਹੈ ਪੰਜਾਬ ਦੇ ਨਾਲ ਜੁੜਿਆ, ਰਿਲੀਜੀਅਸ ਸੈਂਟੀਮੈਂਟਸ ਜੁੜੇ ਹੋਏ ਨੇ ਇਸ ਮੁੱਦੇ ਦੇ ਨਾਲ। ਇਸ ਮੁੱਦੇ 'ਤੇ ਹੁਣ ਗੁਗਲੀ ਸੁੱਟੀ ਹੈ ਸੁਖਬੀਰ ਸਿੰਘ ਬਾਦਲ, ਔਰ ਕਹਿੰਦੇ ਕਿ ਜੇ ਇਹਨਾਂ ਤਿੰਨਾਂ ਨੇਤਾਵਾਂ ਦੇ ਕੋਲ ਸਬੂਤ ਹੈਗੇ ਨੇ ਤਾਂ ਉਹ ਸਬੂਤ ਸਾਹਮਣੇ ਹੁਣ ਰੱਖਣੇ ਚਾਹੀਦੇ ਨੇ। ਤਾਂ ਹੁਣ ਵਿਰੋਧੀ ਧਿਰ ਕੀ ਕਹਿਣਗੇ, ਵਿਰੋਧੀ ਪਾਰਟੀਆਂ ਦੇ ਲੋਕ ਕੀ ਕਹਿਣਗੇ, ਇਹ ਇੱਕ ਬੜਾ ਵੱਡਾ ਸਵਾਲ ਜਿਹੜਾ ਹੁਣ ਬਣ ਜਾਂਦਾ। ਮੇਰੇ ਨਾਲ ਮੇਰੇ ਸਹਿਯੋਗੀ ਅੰਕੁਸ਼ ਮਹਾਜਨ ਜੁੜ ਚੁੱਕੇ ਨੇ। ਅੰਕੁਸ਼, ਇਹ ਤਾਂ ਬੜਾ ਵੱਡਾ ਚੈਲੰਜ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਕਿ ਵਿਰੋਧੀਆਂ 'ਤੇ ਗੁਗਲੀ ਜੀ ਬਣਾ ਕੇ ਸੁੱਟਤੀ ਸੁਖਬੀਰ ਸਿੰਘ ਬਾਦਲ ਨੇ ਹੁਣ। ਬਿਲਕੁਲ ਹਿਮਾਂਸ਼ੂ, ਕਹਿ ਸਕਦੇ ਕਿ ਇੱਕ ਵੱਡੀ ਗੁਗਲੀ ਸੁਖਬੀਰ ਸਿੰਘ ਬਾਦਲ ਨੂੰ ਸੁੱਟੀ ਗਈ ਹੈ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਕਿ 2017 ਦੀ ਜਿਹੜੀ ਚੋਣਾਂ ਕਾਂਗਰਸ ਨੇ ਲੜੀਆਂ ਸੀ ਉਹ ਸਿਰਫ ਤੇ ਸਿਰਫ ਬੇਅਦਬੀ ਦਾ ਮੁੱਦਾ ਮਨਾ ਕੇ ਉਹਨਾਂ ਨੇ ਜਿਹੜੀ ਉਹ ਚੋਣ ਲੜੀ ਸੀ ਤੇ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ। 2017 ਚੋਂ 70 ਸੀਟਾਂ ਜਿੱਤ ਕੇ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਤੇ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਦੀ ਸਰਕਾਰ ਬਣਦੇ ਜਿਹੜੇ ਬੇਅਦਬੀ ਦੇ ਦੋਸ਼ੀ ਉਹਨਾਂ ਨੂੰ ਸਖ਼ਤ ਸਜ਼ਾਵਾਂ ਜਿਹੜੀ ਦਿੱਤੀ ਜਾਏਗੀ। ਖਾਸ ਤੌਰ ਤੇ ਉਹਨਾਂ ਦਾ ਨਿਸ਼ਾਨਾ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੀਗਾ ਤੇ ਇਸ ਨੂੰ ਲੈ ਕੇ ਜਿਹੜੀ ਜਾਂਚ ਕਮਿਸ਼ਨ ਜਿਹੜੀ ਬਿਠਾਈ ਗਈ ਸੀ ਵੀ ਇੱਕ ਜਿਹੜੀ SIT ਬਣਾਈ ਗਈ ਸੀ, ਜਦੋਂ ਤੋਂ SIT ਨੂੰ ਹਾਈਕੋਰਟ ਨੇ ਰੱਦ ਕੀਤਾ ਤਾਂ ਉਸ ਤੋਂ ਬਾਅਦ ਇਹ ਮਾਮਲਾ ਫਿਰ ਇੱਕ ਵਾਰ ਫਿਰ ਭਖਿਆ ਹੈ ਤੇ ਆਪਣੀ ਹੀ ਸਰਕਾਰ ਦੇ ਆਪਣੇ ਹੀ ਬੰਦੇ ਜਿਹੜੇ ਪਹਿਲਾਂ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਸੀ ਤੇ ਹੁਣ ਜਿਹਨਾਂ ਦੇ ਉੱਤੇ ਵੱਡੇ ਐਲੀਗੇਸ਼ਨ ਲਗਾਏ ਜਾ ਰਹੇ ਸੀ, ਜਿਹਨਾਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ, ਜਿਹਨਾਂ ਨੂੰ ਇਹ ਕਿਹਾ ਕੇ ਜਾ ਰਿਹਾ ਸੀ, ਉਹਨਾਂ ਵੱਲੋਂ ਹੀ ਹੁਣ ਇੱਕ ਚੈਲੰਜ ਸਰਕਾਰ ਨੂੰ ਕਰ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਕ ਵੱਡਾ ਚੈਲੰਜ ਜਿਹੜਾ ਸਰਕਾਰ ਨੂੰ ਕੀਤਾ ਗਿਆ, ਇਹ ਕਿਹਾ ਗਿਆ ਕਿ ਜਿਹੜੇ ਸਬੂਤਾਂ ਦੀ ਗੱਲ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ, ਭਾਵੇਂ ਸੁਨੀਲ ਜਾਖੜ ਹੋਣ, ਭਾਵੇਂ ਭਗਵੰਤ ਮਾਨ ਹੋਣ, ਭਾਵੇਂ ਕਿ ਨਵਜੋਤ ਸਿੰਘ ਸਿੱਧੂ ਹੋਣ, ਇਹ ਸਾਰੇ ਕਹਿੰਦੇ ਸੀਗੇ ਕਿ ਇਹਨਾਂ ਕੋਲ ਬੇਅਦਬੀ ਨੂੰ ਲੈ ਕੇ ਦੋਸ਼ੀਆਂ ਦੇ ਖਿਲਾਫ ਪੁਖਤਾ ਸਬੂਤ ਹੈ ਤੇ ਹੁਣ ਉਹ ਸਬੂਤ ਜਨਤਕ ਕਿਉਂ ਨੀ ਕਰ ਰਹੇ, ਕਿਉਂ ਨੀ ਇਸ ਇਹਨਾਂ ਸਬੂਤਾਂ ਨੂੰ ਨਿਆਂਪਾਲਿਕਾ ਨੂੰ ਦਿੱਤਾ ਗਿਆ, ਕਿਉਂ ਨੀ ਇਹ ਸਬੂਤ ਜਿਹੜੇ SIT ਦੇ ਸਾਹਮਣੇ ਲਿਆਂਦੇ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਨਿਸ਼ਾਨਾ ਜਿਹੜਾ ਇਹ ਕਈ ਆਗੂਆਂ ਦੇ ਉੱਤੇ ਕੀਤਾ ਤੇ ਸਿੱਧੇ ਤੌਰ ਤੇ ਇਹਨਾਂ ਨੂੰ ਕਿਹਾ ਹੈ ਕਿ ਇਹ ਚੈਲੰਜ ਕਰਦੇ ਨੇ ਕਿ ਇਹ ਸਬੂਤ ਜਿਹੜੇ ਜਨਤਕ ਕਰੋ ਜਿਹੜੇ ਕਿ ਜਿਹਨਾਂ ਦੀ ਗੱਲ ਇਹ ਕਰ ਰਹੇ ਸੀਗੇ। ਹਾਲਾਂਕਿ ਇਹਨਾਂ ਵੱਲੋਂ ਇੱਕ ਚੀਜ਼ ਹੋਰ ਵੱਡੀ ਕਹੀ ਗਈ ਹੈ ਕਿ ਜਿਹੜੀ SIT ਜਿਹੜੀ ਨਵੀਂ ਬਣਾਈ ਗਈ ਹੈ ਉਸ SIT ਦੇ ਉੱਤੇ ਤਾਂ ਉਹਨਾਂ ਨੂੰ ਭਰੋਸਾ ਨਹੀਂ ਹੈ, ਲੇਕਿਨ ਫਿਰ ਵੀ ਉਹ ਇਸ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਨਗੇ, ਉਹਨਾਂ ਦੀ ਪਾਰਟੀ ਪੂਰੀ ਤਰੀਕੇ ਨਾਲ ਸਹਿਯੋਗ ਕਰੇਗੀ, ਜਿੱਥੇ ਵੀ ਉਹਨਾਂ ਤੋਂ ਕੋਈ ਇਨਕੁਆਇਰੀ ਕੀਤੀ ਜਾਏਗੀ ਉਹ ਪੂਰਾ ਆਪਣਾ ਜਾਂਚ ਦੇ ਵਿੱਚ ਹਿੱਸਾ ਲੈਣਗੇ। ਲੇਕਿਨ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜਿਸ ਮੁੱਦੇ ਦੇ ਉੱਤੇ ਪੂਰੀ ਇਹ 5 ਸਾਲ ਦੀ ਰਾਜਨੀਤੀ ਚੱਲੀ ਹੈ ਉਹ ਰਾਜਨੀਤੀ ਨੂੰ ਹੁਣ ਇੱਕ ਨਵਾਂ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਸੁਖਬੀਰ ਸਿੰਘ ਬਾਦਲ ਕੁਝ ਹੁਣ ਤੱਕ ਤਾਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਸੀਗੇ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਵੇ, ਜੋ ਬੇਅਦਬੀ ਤੇ ਰਾਜਨੀਤੀ ਕਰ ਰਹੇ ਨੇ ਉਹਨਾਂ ਦਾ ਕੱਖ ਨਾ ਰਵੇ, ਪਰ ਇਹ ਅੱਜ ਬਿਆਨ ਬਿਲਕੁਲ ਹੀ ਵੱਖਰਾ ਹੈ ਕਿ ਸਬੂਤ ਲਿਆਓ, ਸਬੂਤ ਪੇਸ਼ ਕਰ ਦਿਓ। ਇਸ ਤੋਂ ਪਹਿਲਾਂ ਕਦੀ ਸੁਖਬੀਰ ਸਿੰਘ ਬਾਦਲ ਦੀ ਮੈਨੂੰ ਨਹੀਂ ਲੱਗਦਾ ਕਿ ਇਸ ਜ਼ੁਬਾਨ ਤੋਂ ਉਹਨਾਂ ਦੇ ਇਸ ਤਰ੍ਹਾਂ ਦੀ ਗੱਲ ਆਈ ਹੋਵੇ ਸਬੂਤਾਂ ਨੂੰ ਲੈ ਕੇ ਕਿ ਸਬੂਤ ਪੇਸ਼ ਕਰ ਦੇਣ। ਇਹ ਬੜਾ ਗੁਗਲੀ ਤਈਓ, ਮੈਂ ਵਾਰ ਵਾਰ ਕਹਿ ਰਿਹਾ ਕਿ ਇਸ ਮੁੱਦੇ ਨੂੰ ਡਾਈਵਰਟ ਕਹਿ ਲਓ ਜਾਂ ਆਪਣੇ ਜਿਸ ਤਰ੍ਹਾਂ ਇਹਨਾਂ ਦੇ ਸਿਰ 'ਤੇ ਭਾਰ ਪੈ ਰਿਹਾ ਸੀਗਾ, ਇਸ ਆਰੋਪ ਲੱਗ ਰਹੇ ਸੀਗੇ, ਇਹ ਘੁੰਡੀ ਜਿਹੜੀ ਹੈ ਦੂਜੇ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਬੀਰ ਬਾਦਲ ਵੱਲੋਂ। ਬਿਲਕੁਲ, ਪਹਿਲਾ ਜਿਹੜਾ ਮੈਚ ਜਿਵੇਂ ਕਹਿੰਦੇ ਕਿ ਡਿਫੈਂਡਿੰਗ ਕੋਸ਼ਿਸ਼ ਦੇ ਵਿੱਚ ਸੀਗੇ, ਹੁਣ ਡਿਫੈਂਡਿੰਗ ਨਹੀਂ ਬਲਕਿ ਹੁਣ ਅਟੈਕਿੰਗ ਹੋ ਗਿਆ। ਸੁਖਬੀਰ ਸਿੰਘ ਬਾਦਲ ਆ ਗਏ ਨੇ ਤੇ ਉਹ ਹੁਣ ਅਟੈਕਿੰਗ ਮੋਡ ਕਰਕੇ ਹੁਣ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਹੋਰ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ
ਉਹਨਾਂ ਨੂੰ ਹੀ ਦੇ ਤੌਰ ਤੇ ਨਿਸ਼ਾਨਾ ਸਾਧਿਆ ਤੇ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਸਬੂਤਾਂ ਦੀ ਗੱਲ ਕਰਦੇ ਸੀ ਭਾਵੇਂ ਵਿਧਾਨ ਸਭਾ ਦੇ ਵਿੱਚ ਹੋਣ ਭਾਵੇਂ ਲੋਕਾਂ ਦੀ ਕਚਹਿਰੀ ਦੇ ਵਿੱਚ ਹੋਣ ਭਾਵੇਂ ਨਿਆਂਪਾਲਿਕਾ ਦੇ ਵਿੱਚ ਹੋਈ ਬਾਰ ਬਾਰ ਕਿਹਾ ਗਿਆ ਕਿ ਇਹਨਾਂ ਕੋਲ ਪੁਖਤਾ ਸਬੂਤ ਹੈ, ਸਰਕਾਰ ਕੋਲ ਪੁਖਤਾ ਸਬੂਤ ਹੈ ਕਿ ਸਮੇਂ ਆਉਣ ਤੇ ਜਿਹੜੇ ਜਨਤਕ ਕਰਨਗੇ। ਸੁਖਬੀਰ ਸਿੰਘ ਬਾਦਲ ਉਹੀ ਸਬੂਤਾਂ ਦੀ ਗੱਲ ਕਰ ਰਹੇ ਸੀ ਕਿ ਇਹ ਜਿਹੜੇ ਸਬੂਤ ਹੈ ਉਹਨਾਂ ਨੂੰ ਜਿਹੜਾ ਉਹ ਸਿੱਧੇ ਤੌਰ ਤੇ ਜਨਤਕ ਕਰੋ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੜੀ ਬੇਅਦਬੀ ਹੋਈ ਸੀ ਕਿ ਉਸ ਤੋਂ ਵੱਡੀ ਬੇਅਦਬੀ ਤਾਂ ਹੁਣ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਸਬੂਤ ਇਹਨਾਂ ਕੋਲ ਹੈ, ਜਿਹੜੇ ਸਬੂਤ ਛੁਪਾਏ ਜਾ ਰਹੇ ਨੇ, ਜਿਹੜੇ ਦੋਸ਼ੀ ਜਿਹਨਾਂ ਦੇ ਖਿਲਾਫ ਇਹਨਾਂ ਕੋਲ ਸਬੂਤ ਹੈਗੇ ਉਹ ਦੋਸ਼ੀਆਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ, ਉਹ ਦੋਸ਼ੀ ਕੌਣ ਹੈ, ਉਹਨਾਂ ਦੇ ਨਾਮ ਜਨਤਕ ਕਿਉਂ ਨਹੀਂ ਕੀਤੇ ਜਾਂਦੇ, ਇਹ ਸਾਰੀ ਗੱਲਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਜਿਹੜਾ ਵੱਲੋਂ ਆ ਕੇ ਬਿਲਕੁਲ ਸੁਖਬੀਰ ਸਿੰਘ ਬਾਦਲ ਨੂੰ ਉਲਟਾ ਹੁਣ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤੇ। ਅੰਕੁਸ਼, ਜਾਣਕਾਰੀ ਦੇਣ ਲਈ ਧੰਨਵਾਦ। ਜਿਵੇਂ ਮੈਂ ਮੇਰੇ ਸਹਿਯੋਗੀ ਅੰਕੁਸ਼ ਵੀ ਦੱਸ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਖਰਾ ਹੀ ਬਿਆਨ ਜਾਰੀ ਕੀਤਾ। ਸਾਰੇ ਵਿਰੋਧੀ, ਤੁਹਾਨੂੰ ਪਤਾ ਹੈ ਕਿ ਜਦੋਂ ਦੀ ਇਹ ਮੁੱਦੇ ਨੂੰ ਲੈ ਕੇ ਜਦੋਂ ਦੇ ਬਿਆਨਬਾਜ਼ੀਆਂ ਸ਼ੁਰੂ ਹੋ ਰਹੀਆਂ ਨੇ, ਕਿਤੇ ਨਾ ਕਿਤੇ ਬਾਦਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀਗਾ। ਲਗਾਤਾਰ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੋ ਕੇ ਕਾਂਗਰਸ ਦੀ ਗੁੱਟਬਾਜ਼ੀ ਵੀ ਤੇਜ਼ ਹੋ ਗਈ ਸੀ ਇਸ ਮੁੱਦੇ ਨੂੰ ਲੈ ਕੇ ਕਿ ਬਾਦਲਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਕਾਂਗਰਸ ਮੰਤਰੀਆਂ ਦੀ, MLAs ਦੀ ਬੀਤੇ ਦਿਨਾਂ 'ਚ ਕਈ ਬੈਠਕਾਂ ਹੋਈਆਂ, ਕਈ ਪ੍ਰਾਈਵੇਟ ਮੀਟਿੰਗਾਂ ਹੋਈਆਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਇਹ ਬਿਆਨ ਦਿੰਦੇ ਨੇ ਕਿ ਮੈਂ ਇਵੇਂ ਕਿਵੇਂ ਬਾਦਲਾਂ ਨੂੰ ਕਈ ਵਾਰੀ ਉਹਨਾਂ ਦੇ ਬਿਆਨ ਆਏ ਕਿ ਗ੍ਰਿਫਤਾਰ ਕਰ ਸਕਦਾ, ਸਬੂਤ ਹੋਣੇ ਚਾਹੀਦੇ ਨੇ। ਜਾਂ ਇਲੈਕਸ਼ਨਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ ਕਿ ਮੈਂ ਬਾਦਲਾਂ ਨੂੰ ਜੇਲ੍ਹ 'ਚ ਵੀ ਦੇਵਾਂਗਾ। ਇਸ ਤਰ੍ਹਾਂ ਦੇ ਬਿਆਨ ਆਉਂਦੇ ਰਹੇ ਆ। ਇਹ ਰਾਜਨੀਤੀ ਜਿਹੜੀ ਹੈ ਇੱਕ ਸੈਂਟ੍ਰਿਕ ਹੋ ਕੇ ਸੀਗੀ, ਰਹਿ ਗਈ ਸੀਗੀ ਕਿ ਬਾਦਲਾਂ ਨੂੰ ਇਸ ਕੇਸ ਦਾ ਦੋਸ਼ੀ ਬਣਾਇਆ ਜਾਵੇ ਔਰ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਵੇ। ਇਹ ਰਾਜਨੀਤੀ ਇਸੇ ਤਰ੍ਹਾਂ ਦੀ ਹੋ ਰਹੀ ਸੀਗੀ। ਪਰ ਇਸੇ ਦੌਰਾਨ ਅੱਜ ਸੁਖਬੀਰ ਸਿੰਘ ਬਾਦਲ ਨੇ ਇੱਕ ਗੁਗਲੀ ਸੁੱਟਤੀ ਹੁਣ ਕਿ ਜਿਹੜੇ ਜਿਨ੍ਹਾਂ ਦੇ ਕੋਲ ਸਬੂਤ ਹੈ, ਜਿਹੜੇ ਬੋਲ ਰਹੇ ਨੇ, ਉਹ ਸਬੂਤ ਪੇਸ਼ ਕਰ ਦੇਣ, ਸਬੂਤ ਲਿਆਉਣ, ਉਹ ਸਬੂਤ ਹਾਈਕੋਰਟ 'ਚ ਜਾਂ ਕੋਰਟ ਨੂੰ ਦੇਣ ਜਾਂ SIT ਨੂੰ ਦੇਣ। ਕਿਉਂ ਨਹੀਂ ਦਿੱਤੇ? ਇਹਦੇ 'ਤੇ ਸਵਾਲ ਚੁੱਕੇ ਕਿ ਹੁਣ ਤੱਕ ਕਿਉਂ ਨਹੀਂ ਦਿੱਤੇ? ਇਹ ਗੁਰੂ ਦੇ ਨਾਮ 'ਤੇ ਰਾਜਨੀਤੀ ਨਾ ਕਰਨ ਬਾਕੀ ਲੋਕ। ਇਸ ਤਰ੍ਹਾਂ ਦੇ ਬਿਆਨ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਨੇ ਔਰ ਇਹਨਾਂ ਦੀ ਪਾਰਟੀ ਨੇ ਹੁਣ ਇੱਕ ਰਣਨੀਤੀ ਵੀ ਬਣਾ ਲਈ ਹੈ। ਦਲਜੀਤ ਸਿੰਘ ਚੀਮਾ ਨੇ ਵੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਤੋਂ ਬਾਅਦ ਇੱਕ ਆਪਣਾ ਬਿਆਨ ਜਾਰੀ ਕੀਤਾ, ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਇੱਕ ਵਾਰੀ ਫਿਰ ਕਾਂਗਰਸ ਪਾਰਟੀ ਦੇ ਵੱਖ ਵੱਖ ਲੀਡਰਾਂ ਵੱਲੋਂ, ਜਾਖੜ ਸਾਹਿਬ ਵੱਲੋਂ, ਸਿੱਧੂ ਸਾਹਿਬ ਵੱਲੋਂ, ਉੱਧਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ, ਜਿਹੜੀ ਕੋਟਕਪੂਰਾ ਫਾਇਰਿੰਗ ਹੈ ਔਰ ਨਾਲ ਬਾਕੀ ਘਟਨਾਵਾਂ ਹੈ, ਉਸ 'ਤੇ ਫਿਰ ਘਟੀਆਂ ਰਾਜਨੀਤੀ ਜਿਹੜੀ ਹੈ ਉਹ ਸ਼ੁਰੂ ਹੈ। ਜਿਹੜੇ ਇਹ ਕਹਿੰਦੇ ਹੈ ਕਿ ਜਿਹੜੀ ਹੈ SIT ਨੂੰ ਇਹ ਕਰਨਾ ਚਾਹੀਦਾ, ਇਹਦੇ ਉੱਤੇ ਪਰਚਾ ਕਰਨਾ ਚਾਹੀਦਾ, ਜੇ ਉਹਨਾਂ ਕੋਲ ਕੋਈ ਸਬੂਤ ਹੈ ਤੇ ਉਹ ਹੁਣ ਤੱਕ ਲੈ ਕੇ ਕੋਲ ਕਿਉਂ ਬੈਠੇ? ਆਪ ਜਾ ਕੇ ਉੱਥੇ ਐਫੀਡੈਵਿਟ ਕਿਉਂ ਨਹੀਂ ਫਾਈਲ ਕਰਦੇ? ਤੇ ਸਿੱਖ ਸੰਗਤ ਨੂੰ ਇਹ ਵੀ ਦੱਸੋ ਕਿ ਇੰਨੇ ਸਾਲ ਇਹ ਸਬੂਤ ਤੁਸੀਂ ਗੁਪਤ ਕਿਉਂ ਰੱਖੇ? ਬੜੀ ਹੈਰਾਨੀ ਹੁੰਦੀ ਹੈ ਕਿ ਹਾਈਕੋਰਟ ਦੀ ਇੱਡੀ ਵੱਡੀ ਜੱਜਮੈਂਟ ਆਉਣ ਤੋਂ ਬਾਅਦ ਵੀ ਹਾਲੇ ਇਹਨਾਂ ਦੇ ਮੂੰਹ ਬੰਦ ਨਹੀਂ ਹੋਏ। ਇਹ ਸੋਚਦੇ ਕਿ ਸ਼ਾਇਦ ਇੱਕ ਵਾਰੀ ਫਿਰ ਅਸੀਂ ਸੰਗਤ ਨੂੰ ਦੁਬਾਰਾ ਗੁਮਰਾਹ ਕਰਨ ਦੇ ਵਿੱਚ ਕਾਮਯਾਬ ਹੋਈਏ, ਪਰ ਇਹ ਹੁਣ ਸੰਗਤ ਤੁਹਾਡੀ ਅਸਲੀਅਤ ਜਾਣ ਚੁੱਕੀ ਹੈ। ਹੁਣ ਤਾਂ ਜਿਹੜੇ ਪਾਪ ਤੁਸੀਂ ਕੀਤੇ ਆ, ਝੂਠ ਬੋਲ ਕੇ ਸਮਾਜ ਚਾਰ ਤੋਂ ਖਰਾਬ ਕੀਤੇ ਆ, ਉਹਦੀ ਸਜ਼ਾ ਭੁਗਤਣ ਵਾਸਤੇ ਤਿਆਰ। ਸੋ ਤੁਸੀਂ ਦਲਜੀਤ ਸਿੰਘ ਚੀਮਾ, ਇਹ ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਇਹਨਾਂ ਦਾ ਬਿਆਨ ਵੀ ਸੁਣਿਆ। ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਜਿਹੜੇ ਇੱਕ ਗੰਭੀਰ ਮੁੱਦੇ 'ਤੇ ਇਸ ਵੇਲੇ ਫਸਿਆ ਹੋਇਆ ਸੀਗਾ, ਡਿਫੈਂਡਿੰਗ ਮੋਡ 'ਚ ਸੀਗਾ, ਉਹ ਹੁਣ ਅਟੈਕਿੰਗ ਮੋਡ 'ਚ ਆਉਂਦਾ ਹੋਇਆ ਵਿਖਾਈ ਦੇ ਰਿਹਾ ਔਰ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿਸੇ ਨੂੰ ਉਹ ਆਪਣਾ ਹਥਿਆਰ ਬਣਾਉਣ। ਜਿਵੇਂ ਉਹ ਕਹਿ ਰਹੇ ਨੇ ਕਿ ਸਬੂਤ ਲਿਆਓ, ਮਤਲਬ ਜਿਹੜਾ ਅਟੈਕ ਉਹਨਾਂ 'ਤੇ ਹੋ ਰਿਹਾ ਸੀਗਾ ਉਹ ਅਟੈਕ ਹੁਣ ਆਪਣੇ ਵਿਰੋਧੀਆਂ 'ਤੇ ਕਰ ਰਹੇ ਹੈ ਕਿ ਜੇ ਤੁਸੀਂ ਆਰੋਪ ਸਾਡੇ 'ਤੇ ਲਾ ਰਹੇ ਹੋ ਤਾਂ ਉਹਦੇ ਆਰੋਪ, ਉਹਦੇ ਸਬੂਤ ਪੇਸ਼ ਕਰ ਦਿਓ, ਉਹਦੇ ਸਬੂਤ SIT ਨੂੰ ਦਿਓ ਜਾਂ ਉਹਦੇ ਸਬੂਤ ਜਿਹੜੇ ਹੈ ਕੋਰਟ ਦੇ ਵਿੱਚ ਦਿਓ, ਸਬੂਤ ਜਨਤਕ ਕਰੋ ਕਿਹੜੇ ਦੋਸ਼ੀ ਨੇ। ਲਗਾਤਾਰ ਚਰਚਾ ਕਿਹਦੇ 'ਤੇ ਚੱਲ ਰਹੀ ਹੈ? ਇਸ ਮੁੱਦੇ 'ਤੇ ਚਰਚਾ ਹੀ ਹੋ ਰਹੀ ਸੀਗੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਜਾਵੇ ਔਰ ਸੁਖਬੀਰ ਸਿੰਘ ਬਾਦਲ ਖੁਦ ਕਹਿ ਰਹੇ ਨੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਨਾਮ ਜਨਤਕ ਕਰੇ। ਜਨਤਕ ਕੌਣ ਕਰੇ? ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ, ਭਗਵੰਤ ਮਾਨ ਨੂੰ ਚੈਲੰਜ ਕੀਤਾ, ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕੀਤਾ। ਹੁਣ ਇਹ ਵਿਰੋਧੀ ਹੈ, ਇਹਦਾ ਇਸ ਨਵੀਂ ਸਟ੍ਰੈਟਜੀ ਦਾ ਜਵਾਬ ਕਿਵੇਂ ਦਿੰਦੇ ਹੁਣ ਦੇਖਣਾ ਪਏਗਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਇਹ ਵੀ ਕਹਿ ਰਹੇ ਨੇ ਕਿ ਹੁਣ ਅਸੀਂ ਜਿਹੜੀ SIT ਬਣਾਈ ਗਈ ਹੈ ਇਹਦਾ ਵੀ ਸਹਿਯੋਗ ਕਰਾਂਗੇ, ਹਾਲਾਂਕਿ ਸਾਨੂੰ ਭਰੋਸਾ ਨਹੀਂ ਹੈਗਾ ਇਹਦੀ ਜਾਂਚ 'ਤੇ, ਪਰ ਅਸੀਂ ਸਹਿਯੋਗ ਕਰਾਂਗੇ। ਹੁਣ ਅਟੈਕਿੰਗ ਮੋਡ 'ਤੇ ਆ ਗਿਆ ਸੁਖਬੀਰ ਸਿੰਘ ਬਾਦਲ ਔਰ ਜਾਂ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ। ਇਸੇ ਤਰ੍ਹਾਂ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਦੇਖਦੇ ਰਹੋ ਦੈਨਿਕ ਸਵੇਰਾ TV।